ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਮੈਂ ਬਿਲਕੁਲ ਠੀਕ ਠਾਕ ਹਾਂ ਔਰ ਘਰੀ ਹਾਂ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੋਟਕਪੂਰਾ ਤੋਂ, ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਏਕਾਂਤਵਾਸ ਵਿੱਚ ਭੇਜ ਦਿੱਤਾ ਗਿਆ। ਫਰੀਦਕੋਟ ਦੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੇ ਏਕਾਂਤਵਾਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਕੁਲਤਾਰ ਸਿੰਘ ਸੰਧਵਾ ਨੇ ਅੱਜ ਸਵੇਰੇ ਸਵੈ ਇੱਛੁਕ ਤਰੀਕੇ ਨਾਲ ਖੁਦ ਨੂੰ ਕੁਆਰੰਟਾਈਨ ਕਰ ਲਿਆ ਸੀ, ਜਿਸ ਤੋਂ ਬਾਅਦ ਮੀਡੀਆ ਵਿੱਚ ਖਬਰਾਂ ਦਾ ਜ਼ੋਰ ਬਣਿਆ ਰਿਹਾ ਅਤੇ ਹੁਣ ਕੁਲਤਾਰ ਸਿੰਘ ਸੰਧਵਾ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਪਾ ਕੇ ਇਸ ਸੰਬੰਧੀ ਜਾਣੂ ਕਰਵਾਇਆ ਗਿਆ। ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਫਿਲਹਾਲ ਬਿਲਕੁਲ ਠੀਕ ਠਾਕ ਨੇ। ਕੁਲਤਾਰ ਸਿੰਘ ਸੰਧਵਾ ਮੁਤਾਬਕ ਫਰੀਦਕੋਟ ਤੋਂ ਕੋਰੋਨਾ ਪੌਜ਼ਿਟਿਵ ਆਉਣ ਵਾਲੇ ਵਿਅਕਤੀ ਉਹਨਾਂ ਦੇ ਰਿਸ਼ਤੇਦਾਰ ਨੇ, ਜਿਸ ਕਾਰਨ ਉਹਨਾਂ ਨੂੰ ਹੁਣ ਲੋਕਾਂ ਤੋਂ ਦੂਰੀ ਬਣਾਉਣ ਲਈ ਕਿਹਾ ਗਿਆ ਸੀ ਅਤੇ ਉਹਨਾਂ ਨੇ ਅਜਿਹਾ ਹੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਮੈਂ ਬਿਲਕੁਲ ਠੀਕ ਠਾਕ ਹਾਂ ਔਰ ਘਰੀ ਹਾਂ। ਕਈ ਤਰ੍ਹਾਂ ਦੀਆਂ ਮਿਸਅੰਡਰਸਟੈਂਡਿੰਗਸ ਹੋ ਗਈਆਂ ਕਿ ਮੇਰੇ ਜਿਹੜੇ ਆਪਣੇ ਪਿਆਰ ਕਰਨ ਵਾਲੇ ਆ, ਸਾਥੀ ਆ, ਹਲਕਾ ਕੋਟਕਪੂਰਾ ਦੇ ਲੋਕ ਆ, ਉਹ ਕਾਫੀ ਚਿੰਤਿਤ ਵੀ ਆ। ਮੈਨੂੰ ਫੋਨ ਵੀ ਆਏ ਆ, ਜਿਹੜੀ ਮੀਡੀਆ ਦੇ ਵਿੱਚ ਰਿਪੋਰਟਾਂ ਚੱਲੀਆਂ। ਐਕਚੁਲੀ ਜਦੋਂ ਜਿਹੜੇ ਪੋਜ਼ਿਟਿਵ ਆਏ ਆ ਉਹ ਆਪਣੇ ਰਿਸ਼ਤੇਦਾਰ ਆ, ਅਤੇ ਉਹਦੇ ਕਰਕੇ ਫਿਰ ਸੈਂਪਲ ਅੱਜ ਮੇਰੇ ਲੈ ਲਏ ਗਏ ਆ। ਕੋਈ ਫਿਕਰ ਕਰਨ ਦੀ ਲੋੜ ਨਹੀਂ, ਜਿਹੜਾ ਏਕਾਂਤਵਾਸ ਦਾ ਫੈਸਲਾ ਹੈ ਉਹ, ਚਲੋ ਇਹਨਾਂ ਨੇ ਤਾਂ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਨਹੀਂ ਕਿਹਾ, ਉਹ ਮੈਂ ਆਪ ਤੁਹਾਡੀ ਸਲਾਮਤੀ ਵਾਸਤੇ ਐਜ਼ ਅ ਪ੍ਰੀਕਾਸ਼ਨਰੀ ਮਈਅਰ ਅਹਿਤਿਆਤਨ ਇਹ ਮੈਂ ਏਕਾਂਤਵਾਸ ਦਾ ਜਿਹੜਾ ਇਹ ਫੈਸਲਾ ਲਿਆ, ਕਿਉਂਕਿ ਮੇਰੇ ਕਰੀਬੀ ਰਿਸ਼ਤੇਦਾਰ ਨੇ ਉਹ ਜਿਹੜੇ ਪੋਜ਼ਿਟਿਵ ਆਏ ਆ ਉਹ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੈ। ਸਿਹਤ ਉਹਨਾਂ ਦੀ ਵੀ ਠੀਕ ਹੈ, ਠੀਕ ਹੋ ਜਾਣਗੇ, ਅਤੇ ਅਸੀਂ ਮਿਲਦੇ ਵੀ ਰਹੇ ਹਾਂ ਪਿੱਛੇ, ਸੋ ਉਹਦੇ ਕਰਕੇ। ਔਰ ਅੱਜ ਸੈਂਪਲ ਵੀ ਮੈਂ ਦੇਤੇ ਆ ਆਪਦੇ, ਅਤੇ ਠੀਕ, ਪਰਮਾਤਮਾ ਮਿਹਰ ਕਰੇਗਾ। ਸੋ ਤੁਹਾਡੀ ਸਾਰਿਆਂ ਦੀ ਜਿਹੜੀ ਸਿਹਤ ਠੀਕ ਰਹੇ, ਤੁਹਾਡੇ ਸਾਰਿਆਂ ਦਾ ਖਿਆਲ ਰੱਖਦਿਆਂ ਹੋਇਆਂ ਇਹ ਇੱਕ ਭਾਵੇਂ ਔਖਾ ਫੈਸਲਾ ਪਰ ਇਹ ਲੈਣਾ ਪੈਣਾ ਸੀ, ਇਹ ਸਾਰਿਆਂ ਨੂੰ ਲੈਣਾ ਚਾਹੀਦਾ। ਫਿਜ਼ੀਕਲ ਡਿਸਟੈਂਸ ਬਿਲਕੁਲ ਮੇਨਟੇਨ ਕਰਕੇ ਰੱਖਣੀ ਹੈ, ਮੂੰਹ ਨੂੰ ਹੱਥ ਨਹੀਂ ਲਾਉਣੇ, ਕਿਉਂਕਿ ਹਾੜੀ ਤਾਂ ਆਪਣਾ ਵੱਢਣੀ ਹੈ। ਉਹਦੇ ਲਈ ਮੈਂ ਥੋੜ੍ਹਾ ਜਿਹਾ ਚਿੰਤਤ ਹਾਂ ਕਿ ਉਦੋਂ ਇਹ ਕਿਵੇਂ ਮੈਨੇਜ ਕਰਾਂਗੇ, 5-7 ਦਿਨਾਂ 'ਚ ਹਾੜੀ ਆ ਜਾਣੀ ਆਪਣੀ। ਸੋ ਉਹੀ ਚਿੰਤਾ, ਹੋਰ ਕੋਈ ਚਿੰਤਾ ਨਹੀਂ, ਗੁਰੂ ਦੀ ਪੂਰੀ ਕਿਰਪਾ, ਆਪ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਰਹੋ, ਗੁਰੂ ਮਿਹਰ ਕਰੇਗਾ। ਔਰ ਮੈਂ ਟਹਿਲ ਰਿਹਾ ਇੱਥੇ ਸੰਧਵਾਂ ਘਰ ਦੇ ਵਿੱਚ, ਔਰ ਸਾਰੇ ਸਾਥੀ ਘਰ ਰਹਿਣ, ਬੜਾ ਫਿਕਰ ਕਰ ਰਹੇ ਸੀ, ਕਈ ਸਾਥੀ ਕਹਿੰਦੇ ਸੀ ਵਿਲਡ ਆਉਣਾ, ਸਾਰਿਆਂ ਨੇ ਆਪੋ ਆਪਣੇ ਘਰ ਰਹਿਣਾ, ਬਹੁਤ ਜ਼ਰੂਰੀ ਆ ਘਰ ਰਹਿਣਾ, ਅਤੇ ਫਿਕਰ ਕੋਈ ਨਹੀਂ ਕਰਨਾ, ਬਿਲਕੁਲ ਠੀਕ ਹੈ। ਔਰ ਜਿਹੜੇ ਆਪਣੇ ਸਾਥੀ ਮੈਡੀਕਲ ਕਾਲਜ ਵੀ ਦਾਖਲ ਹੈ, ਆਨੰਦ ਗੋਇਲ ਅਤੇ ਜਿਹੜੇ ਦੂਜੇ ਸਾਥੀ ਨੇ ਜਿਹੜੇ ਸਾਡੇ ਰਿਸ਼ਤੇਦਾਰ ਨੇ, ਉਹ ਵੀ ਠੀਕ ਹੈ ਔਰ ਸਾਰੇ ਠੀਕ ਹੋ ਜਾਣਗੇ। ਔਰ ਖਾਸ ਕਰਕੇ ਬਜ਼ੁਰਗਾਂ ਨੂੰ ਅਤੇ ਨਿੱਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ, ਆਪਦਾ ਘਰ ਦੇ ਅੰਦਰ ਹੀ ਰਹੋ, ਬਹੁਤ ਜ਼ਰੂਰਤ ਹੈ ਘਰ ਦੇ ਅੰਦਰ ਰਹਿਣ ਦੀ। ਅਤੇ ਜਿਸ ਕਿਸੇ ਨੂੰ ਕੋਈ ਖੰਘ ਹੈ, ਜ਼ੁਕਾਮ ਹੈ, ਉਹ ਆਪਦੇ ਆਪ ਕਿਹਾ ਵੀ ਮੇਰਾ ਟੈਸਟ ਕਰੋ, ਮੇਰੇ ਰਿਸ਼ਤੇਦਾਰ ਆ ਜਿਨ੍ਹਾਂ ਦਾ ਜਿਹੜੇ ਪੋਜ਼ਿਟਿਵ ਆਏ ਆ, ਅਸੀਂ ਮਿਲਦੇ ਰਹੇ ਹਾਂ। ਸੋ ਇਸ ਤਰੀਕੇ ਨਾਲ ਸਾਰਿਆਂ ਨੂੰ ਹੀ ਆਪਣਾ ਫਰਜ਼ ਬਣਦਾ, ਕਿਉਂਕਿ ਆਪਾਂ ਜ਼ਿੰਮੇਵਾਰ ਬੰਦੇ ਹਾਂ, ਆਪਣੀ ਜ਼ਿੰਮੇਵਾਰੀ ਆਪਣੇ 'ਤੇ ਇਸ ਹਲਕੇ ਦੀ, ਅਤੇ ਇਸੇ ਤਰ੍ਹਾਂ ਹੀ ਹਰੇਕ ਬੰਦੇ ਨੂੰ ਜ਼ਿੰਮੇਵਾਰੀ ਸਮਝ ਕੇ ਖੁਦ ਜਾ ਕੇ ਟੈਸਟ ਕਰਾਉਣਾ ਚਾਹੀਦਾ। ਕਈ ਲੋਕ
ਲੁਕਦੇ ਹੈ। ਜੇ ਕੋਈ ਕੁਐਸਚਨ ਉੱਠਦਾ ਜਾਂ ਹਿਸਟਰੀ ਦੱਸਦੀ ਹੈ, ਟਰੈਵਲ ਦੀ ਹਿਸਟਰੀ ਦੱਸਦੀ, ਜਾਂ ਕਿਸੇ ਨੂੰ ਜਿਹੜਾ ਬਾਹਰੋਂ ਆਇਆ ਉਹਨੂੰ ਮਿਲੇ ਹਾਂ ਆਪਾਂ, ਜਾਂ ਕਿਸੇ ਜਿਹੜਾ ਬਿਮਾਰ ਹੈ ਕਰੋਨਾ ਨਾਲ ਉਹਨੂੰ ਮਿਲੇ ਹਾਂ, ਤਾਂ ਉਸ ਚੀਜ਼ ਨੂੰ ਲੁਕਾਉਂਦੇ ਹੈ। ਕਿਰਪਾ ਕਰਕੇ ਲੁਕਾਉਣਾ ਨਹੀਂ, ਇਹਦੇ ਨਾਲ ਅਸੀਂ ਆਪਣੇ ਤਾਂ ਦੁਸ਼ਮਣ ਬਣਾਂਗੇ ਹੀ, ਆਪਦੇ ਬੱਚਿਆਂ ਦੇ ਵੀ ਅਤੇ ਆਪਦੇ ਚਾਹੁਣ ਵਾਲਿਆਂ ਦੇ ਵੀ, ਜਿਨ੍ਹਾਂ ਨੂੰ ਆਪਾਂ ਮਿਲਦੇ ਹਾਂ, ਜਿਨ੍ਹਾਂ ਨਾਲ ਕੰਮ ਕਰਦੇ ਹਾਂ, ਉਹਨਾਂ ਦੇ ਵੀ ਦੁਸ਼ਮਣ ਬਣਾਂਗੇ। ਕਿਰਪਾ ਕਰਕੇ ਆਪਾਂ ਇਹ ਕੰਮ ਨਹੀਂ ਕਰਨਾ, ਬਾਕੀ ਸੱਚੇ ਪਾਤਸ਼ਾਹ ਪੂਰੀ ਮਿਹਰ ਕਰਨਗੇ। ਦੱਸ ਦਈਏ ਕਿ ਕੁਲਤਾਰ ਸਿੰਘ ਸੰਧਵਾ ਨੂੰ ਉਸ ਸਮੇਂ ਇਕਾਂਤਵਾਸ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਸੀ, ਜਦੋਂ ਉਹਨਾਂ ਬਾਰੇ ਪਤਾ ਲੱਗਿਆ ਸੀ ਕਿ ਉਹ ਅੱਜ ਫਰੀਦਕੋਟ ਵਿੱਚ ਕੋਰੋਨਾ ਪੋਜ਼ਿਟਿਵ ਦੇ ਦੂਜੇ ਕੇਸ ਨੂੰ ਕਈ ਵਾਰ ਮਿਲੇ ਸੀ, ਪਰ ਹੁਣ ਉਹਨਾਂ ਵੱਲੋਂ ਵੀਡੀਓ ਵਿੱਚ ਖੁਦ ਨੂੰ ਤੰਦਰੁਸਤ ਦੱਸਿਆ ਗਿਆ, ਜਿਹੜੀ ਕਿ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਆਮ ਆਦਮੀ ਪਾਰਟੀ ਲਈ ਰਾਹਤ ਦੀ ਖਬਰ ਜ਼ਰੂਰ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।